ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ, ਮੈਂ ਹਾਂ ਗੁਰਵਿੰਦਰ ਸਿੰਘ। ਵੱਡੀ ਖਬਰ ਸਾਹਮਣੇ ਆ ਰਹੀ ਹੈ, ਪੰਜਾਬ ਕਾਂਗਰਸ ਦਾ ਇੰਚਾਰਜ ਬਦਲ ਦਿੱਤਾ ਗਿਆ ਹੈ। ਜੀ ਹਾਂ, ਵੱਡੀ ਖਬਰ ਹੈ। ਕਾਂਗਰਸ ਵਿਚਾਲੇ ਕਲੇਸ਼ ਚੱਲ ਰਿਹਾ ਸੀਗਾ ਤੇ ਹੁਣ ਹਰੀਸ਼ ਚੌਧਰੀ ਨੂੰ ਹਟਾ ਕੇ ਦਵਿੰਦਰ ਯਾਦਵ ਨੂੰ ਪੰਜਾਬ ਦੀ ਕਮਾਨ ਦਿੱਤੀ ਗਈ ਹੈ। ਦਵਿੰਦਰ ਯਾਦਵ ਉੱਤਰਾਖੰਡ ਦੇ ਵੀ ਇੰਚਾਰਜ ਰਹਿ ਚੁੱਕੇ ਨੇ। ਉਹ ਦਿੱਲੀ ਤੋਂ ਦੋ ਵਾਰੀ ਵਿਧਾਇਕੀ ਦੇ ਕਹਿ ਸਕਦਾ ਕਿ ਜੇਤੂ ਉਮੀਦਵਾਰ ਵੀ ਰਹੇ ਨੇ ਕਾਂਗਰਸ ਦੀ ਟਿਕਟ ਦੇ ਉੱਤੇ। ਸੋ ਕਾਂਗਰਸ ਨੇ ਹੁਣ ਇੱਕ ਵੱਡਾ ਫੇਰਬਦਲ ਪੰਜਾਬ ਦੀ ਹਾਈਕਮਾਨ ਦੇ ਵਿੱਚ ਕੀਤਾ ਹੈ। ਪੰਜਾਬ ਦੀ ਕਮਾਨ ਹੁਣ ਦਵਿੰਦਰ ਯਾਦਵ ਸੰਭਾਲਣਗੇ। ਉਹਨਾਂ ਲਈ ਵੱਡੀਆਂ ਚੁਣੌਤੀਆਂ ਪੰਜਾਬ ਦੇ ਵਿੱਚ ਹੈ, ਕਿਉਂਕਿ 2024 ਦੇ ਵਿੱਚ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੇ, ਯਾਨੀ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਨੇ। ਸੋ ਪੰਜਾਬ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਣੀਆਂ ਨੇ ਉਹ ਵੱਖਰੀਆਂ ਇਸ ਕਰਕੇ ਨੇ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਤੇ ਕਾਂਗਰਸ ਆਹਮੋ ਸਾਹਮਣੇ ਹੈ। ਜਦਕਿ ਜੇਕਰ ਦੇਸ਼ ਦੀ ਗੱਲ ਕੀਤੀ ਜਾਵੇ ਤੇ ਇੰਡੀਆ ਗਠਜੋੜ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ। ਹੁਣ ਇਸ ਸਭ ਦੇ ਵਿਚਾਲੇ ਸਾਰੀ ਕਾਂਗਰਸ ਲੀਡਰਸ਼ਿਪ ਨੂੰ ਇਕਜੁੱਟ ਰੱਖਣਾ, ਇੱਕ ਮੁੱਠ ਰੱਖਣਾ ਤੇ ਇੰਡੀਆ ਗਠਜੋੜ ਦੇ ਲਈ ਸਹਿਮਤ ਰੱਖਣਾ, ਇਹ ਇੱਕ ਵੱਡੀ ਜ਼ਿੰਮੇਵਾਰੀ ਹੋਵੇਗੀ ਕਾਂਗਰਸੀ ਹਾਈਕਮਾਨ ਦੀ। ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਉਹ ਹੁਣ ਦਵਿੰਦਰ ਯਾਦਵ ਦੀ ਹੋਵੇਗੀ, ਜਿਹੜੇ ਪੰਜਾਬ ਦੇ ਇੰਚਾਰਜ ਹੈ। ਉਧਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਧੜਾ ਤੇ ਉਧਰ ਪ੍ਰਤਾਪ ਸਿੰਘ ਬਾਜਵਾ ਤੇ ਚੰਨੀ ਦਾ ਧੜਾ ਆਹਮੋ ਸਾਹਮਣੇ ਨਜ਼ਰ ਆ ਰਿਹਾ ਹੈ। ਚੰਨੀ ਤੇ ਕਟਾਚ ਕੀਤਾ ਨਵਜੋਤ ਸਿੰਘ ਸਿੱਧੂ ਨੇ, ਇੱਕ ਪਬਲਿਕ ਮੀਟਿੰਗ ਜੋ ਉਹਨੇ ਵੱਖਰੀ ਰੱਖੀ ਸੀਗੀ ਉਸਦੇ ਵਿੱਚ, ਉਸ ਤੋਂ ਬਾਅਦ ਉਸਦਾ ਜਵਾਬ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਦਿੱਤਾ ਗਿਆ। ਤੇ ਇਸ ਸਭ ਦੇ ਵਿਚਾਲੇ ਵੱਡੀ ਖਬਰ ਆਈ ਕਿ ਹਰੀਸ਼ ਚੌਧਰੀ ਨੂੰ ਬਦਲ ਦਿੱਤਾ ਗਿਆ। ਹਾਲਾਂਕਿ ਸਿੱਧੂ ਲਈ ਇਹ ਰਾਹਤ ਭਰੀ ਖਬਰ ਹੈ, ਕਿਉਂਕਿ ਹਰੀਸ਼ ਚੌਧਰੀ ਅਕਸਰ ਤਰਫਦਾਰੀ ਕਰਦੇ ਰਹੇ ਨੇ ਚੰਨੀ ਤੇ ਬਾਜਵਾ ਗਰੁੱਪ ਦੀ, ਕਿਉਂਕਿ ਹਰੀਸ਼ ਚੌਧਰੀ ਨੇ ਇੱਕ ਚਿੱਠੀ ਵੀ ਲਿਖੀ ਸੀਗੀ ਨਵਜੋਤ ਸਿੰਘ ਸਿੱਧੂ ਨੂੰ ਹਟਾਉਣ ਦੀ। ਤੁਹਾਨੂੰ ਦੱਸ ਦਿੰਦੇ ਕਿ ਸਭ ਦੇ ਵਿਚਾਲੇ ਸਿੱਧੂ ਲਈ ਰਾਹਤ ਦੀ ਖਬਰ ਹੈ। ਦੇਖਣਾ ਹੋਵੇਗਾ ਕਿ ਦਵਿੰਦਰ ਯਾਦਵ ਕੀ ਪੂਰੀ ਲੀਡਰਸ਼ਿਪ ਨੂੰ ਇਕਜੁੱਟ ਰੱਖ ਪਾਉਂਦੇ ਨੇ ਜਾਂ ਨਹੀਂ। ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਣੇ ਰਹੋ ਚੱਕਦੇ ਟੀਵੀ ਦੇ ਨਾਲ।